ਕਸ਼ਮੀਰ ਮਸਲੇ 'ਤੇ ਭਾਰਤ ਸਰਕਾਰ ਦੇ ਫੈਸਲੇ ਨੂੰ ਬਹੁਤ ਗਿਣਤੀ ਭਾਰਤੀਆਂ ਵੱਲੋਂ ਸਮਰਥਨ ਮਿਲ ਰਿਹਾ, ਪਰ ਕਸ਼ਮੀਰੀਆਂ ਦੇ ਨਾਲ ਨਾਲ ਸਿੱਖ ਭਾਈਚਾਰਾ ਵੀ ਇਸ ਦੇ ਵਿਰੋਧ ਵਿੱਚ ਹੈ। ਵਿਸ਼ਵ ਪੱਧਰ 'ਤੇ ਵੀ ਕਸ਼ਮੀਰ ਬਾਰੇ ਚਰਚਾ ਹੋ ਰਹੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸ਼ੁੱਕਰਵਾਰ ਨੂੰ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਦੇ ਮੁੱਦੇ 'ਤੇ ਬੈਠਕ ਹੋਈ। ਇਹ ਬੈਠਕ ਪਾਕਿਸਤਾਨ ਦੀ UN ਨੂੰ ਕੀਤੀ ਅਪੀਲ 'ਤੇ ਕਰਵਾਈ ਗਈ ਸੀ। ਬੰਦ ਕਮਰੇ ਵਿੱਚ ਹੋਈ ਇਸ ਬੈਠਕ ਤੋਂ ਬਾਅਦ ਭਾਰਤ, ਚੀਨ ਅਤੇ ਪਾਕਿਸਤਾਨ ਦੇ UN ਰਾਜਦੂਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। UN ਵਿੱਚ ਭਾਰਤੀ ਰਾਜਦੂਤ ਸੈਯਦ ਅਕਬਰਉਦੀਨ ਨੇ ਕਿਹਾ ਕਿ ਧਾਰਾ 370 ਸਾਡਾ ਘਰੇਲੂ ਮੁੱਦਾ ਹੈ, ਜਿਸ ਦਾ ਬਾਹਰੀ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਭਾਰਤ ਸਰਕਾਰ ਦਾ ਇਹ ਫੈਸਲਾ ਅੰਦਰੂਨੀ, ਆਰਥਿਕ ਅਤੇ ਸਮਾਜਿਕ ਵਿਕਾਸ ਲਈ ਹੈ। ਅਕਬਰਉਦੀਨ ਨੇ ਕਿਹਾ ਕਿ ਜੇ ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਕਰਨੀ ਹੈ ਤਾਂ ਪਹਿਲਾਂ ਅੱਤਵਾਦ ਨੂੰ ਰੋਕਣਾ ਹੋਵੇਗਾ। ਵੀ ਆਰ ਰੈਡੀ ਟੂ ਐਡਰੈਸ ਦੀਸ ਇਸ਼ੂਜ਼ ਇਨ ਅ ਮੈਨਰ ਦੈਟ ਸਟੇਟਸ ਹੂ ਹੈਵ ਨਾਰਮਲ approaches to international ties should address them and in our case we are committed to the Simla agreement. It's now for Pakistan to make that commitment to stop terror, to start talks. UN ਵਿੱਚ ਪਾਕਿਸਤਾਨੀ ਰਾਜਦੂਤ ਮਲੀਹਾ ਲੋਧੀ ਨੇ ਕਿਹਾ, UN ਵਿੱਚ ਇਹ ਮੁੱਦਾ ਉੱਠਣ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਕਸ਼ਮੀਰ ਦਾ ਮੁੱਦਾ ਭਾਰਤ ਦੇ ਕਹਿਣ ਮੁਤਾਬਕ ਘਰੇਲੂ ਨਹੀਂ ਹੈ ਬਲਕਿ ਅੰਤਰਰਾਸ਼ਟਰੀ ਮੁੱਦਾ ਹੈ। ਮਲੀਹਾ ਨੇ ਕਿਹਾ, ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। The fact that this meeting took place is testimony to the fact that this is an internationally recognized dispute. There was an effort to stop this meeting from convening and we are grateful to all 15 members of the UN Security Council for agreeing to having this meeting. ਮੀਟਿੰਗ ਤੋਂ ਬਾਅਦ ਚੀਨ ਦੇ ਰਾਜਦੂਤ ਝਾਂਗ ਜੌਨ ਨੇ ਕਿਹਾ, ਸਾਥੀ ਦੇਸ਼ ਉੱਥੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਨ। ਇਸ ਮਸਲੇ ਨੂੰ ਸ਼ਾਂਤੀ ਨਾਲ ਸੁਲਝਾਇਆ ਜਾਵੇ, ਇੱਕ ਤਰਫਾ ਫੈਸਲਾ ਨਹੀਂ ਕਰਨਾ ਚਾਹੀਦਾ। ਚੀਨ ਨੇ ਇਹ ਵੀ ਕਿਹਾ ਕਿ ਲੱਦਾਖ ਤੋਂ ਵੀ ਧਾਰਾ 370 ਹਟਾਉਣਾ ਉਹਨਾਂ ਦੀ ਪ੍ਰਭੂਸੱਤਾ 'ਤੇ ਹਮਲਾ ਕਰਨਾ ਹੈ। The relevant Security Council resolutions and bilateral agreements. This represents the international community's consensus. Bureau report, The Khalsa TV.